ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਚੈਨਲਾਂ ਉੱਤੇ ਉਸ ਖਿਲਾਫ ਚੱਲੀਆਂ ਖਬਰਾਂ ਤੋਂ ਬੁਖਲਾਟ ਵਿੱਚ ਆ ਕੇ ਇੱਕ ਵੀਡੀਓ ਵਾਇਰਲ ਕਰਕੇ ਮੀਡੀਆ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਭੱਕ ਗਿਆ ਹੈ ਕਿਉਂਕਿ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਦੀ ਮੰਗ ਲਈ ਪੱਤਰਕਾਰ ਭਾਈਚਾਰਾ ਲਾਮਬੱਧ ਹੋ ਗਿਆ ਹੈ ਜਿੱਥੇ ਪੂਰੇ ਪੰਜਾਬ ਦੇ ਪੱਤਰਕਾਰਾਂ ਵੱਲੋਂ ਮੂਸੇਵਾਲਾ ਖਿਲਾਫ ਬਣਦੀ ਕਾਰਵਾਈ ਨੂੰ ਲੈ ਕੇ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉੱਥੇ ਹੀ ਅੱਜ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਅਗਵਾਈ ਹੇਠ ਕੋਟਕਪੂਰੇ ਦੇ ਪੱਤਰਕਾਰਾਂ ਵੱਲੋਂ SSP ਸਵਰਨਦੀਪ ਸਿੰਘ ਰਾਹੀਂ ਪੰਜਾਬ ਦੇ DGP ਦੇ ਨਾਮ ਮੰਗ ਪੱਤਰ ਦੇ ਕੇ ਸਿੱਧੂ ਮੂਸੇਵਾਲਾ ਤੇ ਉਸ ਦੇ ਸਮਰਥਕਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਧਮਕੀਆਂ ਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਵਫਦ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਔਲਕ, ਹਰਿੰਦਰ ਸਿੰਘ ਆਹੂਜਾ, ਸੁਭਾਸ਼ ਮਹਿਤਾ, ਡਾਕਟਰ ਗਗਨ ਅਰੋੜਾ, ਸੁਨੀਲ ਜਿੰਦਲ ਅਤੇ ਡਾਕਟਰ ਗੁਰਸ਼ਰਨਪ੍ਰੀਤ ਸਿੰਘ ਨੇ ਆਖਿਆ ਕਿ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣਾ ਬਰਦਾਸ਼ਤਯੋਗ ਨਹੀਂ ਹੈ, ਇਸ ਲਈ ਸਿੱਧੂ ਮੂਸੇਵਾਲਾ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। SSP ਨੇ ਉਕਤ ਮਸਲਾ ਮੁੱਖ ਮੰਤਰੀ ਪੰਜਾਬ ਅਤੇ DGP ਦੇ ਧਿਆਨ ਚੋਂ ਲਿਆਉਣ ਦਾ ਵਿਸ਼ਵਾਸ ਦਵਾਇਆ। ਕੋਟਕਪੂਰਾ ਤੋਂ ਪੱਤਰਕਾਰ ਅਰਸ਼ਦੀਪ ਸਿੰਘ ਅਰਸ਼ੀ ਦੀ ਰਿਪੋਰਟ। ਮੈਨੂੰ ਅੱਜ ਕੰਪਲੇਂਟ ਦਿੱਤੀ ਹੈ ਤੁਸੀਂ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਸੁਸਾਇਟੀ ਜਿਹੜੀ ਫਰੀਦਕੋਟ ਦੇ ਵੱਲੋਂ, ਜਿਹੜੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਖਿਲਾਫ਼ ਜਿਹੜੀ ਕੰਪਲੇਂਟ ਹੈਗੀ ਹੈ ਉਹ ਮੇਰੇ ਕੋਲ ਰਿਸੀਵ ਹੋ ਗਈ ਹੈ ਅਤੇ ਉਹਨੂੰ ਅਸੀਂ ਦੇਖ ਕੇ ਇਹਦੀ ਪੜਤਾਲ ਕਰਾ ਕੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਜੀ। ਦੇ ਮਾਧਿਅਮ ਰਾਹੀਂ ਦੁਨੀਆ ਦੇ ਕੋਨੇ ਕੋਨੇ 'ਚ ਵੱਸਦੇ ਸਾਡੇ ਪੰਜਾਬੀ ਵੀਰ ਭੈਣਾਂ ਨੂੰ ਦੱਸਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਬੜੀ ਵੱਡੀ ਗਲਤ ਫਹਿਮੀ 'ਚ ਪਬਲਿਸਿਟੀ ਲੈਣ ਦੇ ਭੁਲੇਖੇ 'ਚ ਹੈ, ਪਰ ਪਬਲਿਸਿਟੀ ਇਸ ਤਰ੍ਹਾਂ ਨਹੀਂ ਮਿਲਦੀ। ਪ੍ਰੈਸ ਹੀ ਉਹਨੂੰ ਚੋਟੀ ਤੱਕ ਪਹੁੰਚਾਉਣ ਵਾਲੀ ਹੈ। ਇੱਕ ਬੰਦਾ ਲੋਕਡਾਊਨ ਦੌਰਾਨ ਦਫਾ 144 ਦੌਰਾਨ ਆਪਣਾ ਜਨਮ ਦਿਨ ਮਨਾਉਂਦਾ ਹੈ, ਜਿੱਥੇ ਹੋਰ ਤੁਹਾਡੇ ਮੇਰੇ ਵਰਗਿਆਂ ਨੂੰ 4, 5 ਜਾਂ 10 ਤੋਂ ਵੱਧ ਬੰਦਿਆਂ ਦੀ ਇਜਾਜ਼ਤ ਨਹੀਂ ਮਿਲਦੀ, ਪ੍ਰਵਾਨਗੀ ਨਹੀਂ ਮਿਲਦੀ, ਬਈ ਇਸ ਤੋਂ ਜ਼ਿਆਦਾ ਤੁਸੀਂ ਇਕੱਠੇ ਨਹੀਂ ਹੋ ਸਕਦੇ। ਉੱਥੇ ਉਹ 100-100 ਬੰਦਾ, 150-150 ਬੰਦਾ ਇਕੱਠਾ ਕਰ ਰਿਹਾ। ਇੱਥੇ ਕਿਤੇ ਨਾ ਕਿਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਵੀ ਉਂਗਲ ਉੱਠਣੀ ਸੁਭਾਵਿਕ ਹੈ, ਕਿਉਂਕਿ ਪ੍ਰਸ਼ਾਸਨ ਜਾਂ ਪੁਲਿਸ ਉਹਦੇ ਖਿਲਾਫ਼ ਨਰਮ ਰਵੱਈਆ ਕਿਉਂ ਅਖਤਿਆਰ ਕਰ ਰਹੀ ਹੈ। ਇਹ ਦੇਖੋ ਬਈ, ਉਹ ਪ੍ਰੈਸ ਦੇ ਖਿਲਾਫ਼, ਉਹ ਬੇਹੁਦਾ ਬੋਲ ਰਿਹਾ, ਕਿਸੇ ਇੱਕ ਪੱਤਰਕਾਰ ਵਿਅਕਤੀ ਵਿਸ਼ੇਸ਼ ਖਿਲਾਫ਼ ਨਹੀਂ ਬੋਲ ਰਿਹਾ, ਉਹ ਸਾਰੀ ਪ੍ਰੈਸ ਨੂੰ, ਸਾਰੇ ਮੀਡੀਆ ਨੂੰ ਕਲਾਵੇ 'ਚ ਲੈ ਕੇ ਕਹਿ ਰਿਹਾ ਬਈ ਮੈਂ ਚੈਨਲ ਬੰਦ ਕਰਾ ਦੂੰ। ਇਸ ਤਰ੍ਹਾਂ ਨਹੀਂ ਚਾਹੀਦਾ। ਮੈਂ ਰੋਜ਼ਾਨਾ ਸਪੋਕਸਮੈਨ ਰਾਹੀਂ ਉਹਨੂੰ ਸਿੱਧੂ ਮੂਸੇਵਾਲੇ ਨੂੰ ਦੱਸਣਾ ਚਾਹੁੰਦਾ ਬਈ ਮੀਡੀਆ ਵਰਦੀਆਂ ਗੋਲੀਆਂ ਦੇ ਵਿੱਚ ਵੀ ਆਪਣੀ ਜਾਨ ਜੋਖਮ 'ਚ ਪਾ ਕੇ ਡਿਊਟੀ ਨਿਭਾਉਂਦਾ ਰਿਹਾ ਅਤੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਵੀ ਭਾਵੇਂ ਏਕਾਤਵਾਂ ਸੈਂਟਰਾਂ 'ਚ ਜਾਣਾ ਪਵੇ, ਭਾਵੇਂ ਫਰੰਟਲਾਈਨ ਜੋ ਵੀ ਡਿਊਟੀਆਂ ਸਾਡੀਆਂ ਲੱਗੀਆਂ, ਜੇ ਨਹੀਂ ਵੀ ਡਿਊਟੀਆਂ ਲੱਗੀਆਂ ਫਿਰ ਵੀ ਅਸੀਂ ਨਿਭਾਈਆਂ। ਇੱਕ ਪੱਤਰਕਾਰ ਹੋਣ ਨਾਤੇ ਮੈਂ ਸਿੱਧੂ ਮੂਸੇਵਾਲ ਦੀ ਉਸ ਸ਼ਬਦਾਵਲੀ ਦੀ ਨਿਖੇਧੀ ਕਰਦਾ। ਸੋ ਅਸੀਂ ਗੁਰਿੰਦਰ ਸਿੰਘ ਮਹਿੰਦੀ ਤੋਂ, ਹੁਣ ਅਸੀਂ ਕਰ ਭਲਾ ਹੋ ਭਲਾ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਭਾਸ਼ ਸਿੰਘ ਮਹਿਤਾ ਨਾਲ ਗੱਲਬਾਤ ਕਰ ਰਹੇ। ਸਰ, ਕੀ ਕਹਿਣਾ ਚਾਹੁੰਦੇ ਜੀ? ਸਾਨੂੰ ਇਹ ਸਿੱਧੂ ਮੂਸੇਵਾਲਾ ਜਿਹੜਾ ਕਿ ਪੱਤਰਕਾਰਾਂ ਦੇ ਵਿਰੋਧ ਦੇ ਵਿੱਚ ਬੇਹੁਦੀਆਂ ਗੱਲਾਂ ਬੋਲ ਰਿਹਾ ਹੈ ਔਰ ਵਿਰੋਧ ਦੇ ਵਿੱਚ ਬੋਲ ਰਿਹਾ ਹੈ, ਇਹਦੀ ਅਸੀਂ ਨਿਖੇਧੀ ਕਰਦੇ ਹਾਂ, ਇਹਦੀ ਬਰਖਲਾਫੀ ਕਰਦੇ ਹਾਂ ਕਿ ਇਹ ਸਿੱਧੂ ਮੂਸੇਵਾਲ ਨੂੰ ਪੱਤਰਕਾਰਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਪ੍ਰੈਸ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਔਰ ਲੋਕਾਂ ਨੂੰ ਉੱਪਰ ਉਚਾਉਣ ਤੱਕ ਇਹ ਕਾਰਜ ਕਰਦੀ ਹੈ। ਇਸ ਦੇ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ, ਇਸ ਦੇ ਉੱਪਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।